ਦੇਖੋ, ਮੈਂ ਸਮਝਦਾ ਕਿਸੇ ਵੀ ਦੇਸ਼ ਦਾ, ਕਿਸੇ ਵੀ ਸਮਾਜ ਦਾ ਭਵਿੱਖ ਹੈ ਜਿਹੜਾ ਉਹ ਸਕੂਲਾਂ ਦੇ ਵਿੱਚੋਂ, ਐਜੂਕੇਸ਼ਨ ਦੇ ਵਿੱਚੋਂ ਅਤੇ ਦੇਸ਼ ਦਾ ਭਵਿੱਖ ਬੱਚਿਆਂ ਦੇ ਵਿੱਚੋਂ ਨਿਕਲ ਕੇ ਆਉਂਦਾ ਹੁੰਦਾ ਅਤੇ ਉਸੇ ਮਕਸਦ ਦੇ ਨਾਲ ਜਿਸ ਦਿਨ ਦੀ ਸਾਡੀ ਆਮ ਆਦਮੀ ਪਾਰਟੀ ਨੇ ਪਹਿਲਾਂ ਦਿੱਲੀ ਦੇ ਵਿੱਚ ਸਕੂਲਾਂ ਦੀ ਨੁਹਾਰ ਬਦਲੀ ਅਤੇ ਹੁਣ 2 ਸਾਲਾਂ ਦੇ ਵਿੱਚ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਤਹਿਤ ਸਕੂਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ, ਉਸੇ ਲੜੀ ਦੇ ਤਹਿਤ ਸੁਨਾਮ ਹਲਕੇ ਦੇ ਸਾਡੇ ਉੱਭਾਵਾਲ ਪਿੰਡ ਦੇ ਸਕੂਲਾਂ ਦਾ ਅੱਜ 21,60,000 ਰੁਪਏ ਦੇ ਜਿਹੜੇ ਉਦਘਾਟਨ ਔਰ ਨੀਂਹ ਪੱਥਰ ਨੇ ਜਿਹੜੇ ਉਹ ਰੱਖੇ ਨੇ। 2 ਸਕੂਲਾਂ ਦਾ 16,60,000 ਦੀ ਕੀਮਤ ਦੇ ਨਾਲ ਉਦਘਾਟਨ ਕਰਨਾ ਹੈ ਔਰ 5 ਲੱਖ ਰੁਪਏ ਇੱਕ ਸਕੂਲ ਦਾ ਜੋ ਟਾਇਲਿੰਗ ਦਾ ਕੰਮ ਹੈ ਉਹ ਹੋਣਾ ਹੈ। ਸੋ ਮੈਂ ਇਹ ਮੰਨ ਕੇ ਚੱਲਦਾ ਕਿ ਉਹੀ ਸਮਾਜ, ਉਹੀ ਦੇਸ਼ ਤਰੱਕੀਆਂ ਕਰਦੇ ਹੁੰਦੇ ਨੇ ਜਿਹੜੇ ਆਪਣੇ ਬੱਚਿਆਂ ਦੇ ਵਿੱਚ, ਭਵਿੱਖ ਦੇ ਵਿੱਚ ਸਭ ਤੋਂ ਵੱਧ ਇਨਵੈਸਟ ਕਰਦੇ ਨੇ। ਅਤੇ ਭਵਿੱਖ ਕੀ ਹੈ? ਬੱਚੇ ਨੇ। ਭਵਿੱਖ ਨਾ ਸਿਰਫ ਇਕੱਲੇ ਪੈਸਿਆਂ ਦੇ ਮਕਸਦ ਦੇ ਨਾਲ, ਮਿਹਨਤ ਪੱਖੋਂ ਉਹਨਾਂ ਬੱਚਿਆਂ ਦੇ ਵਿੱਚ ਐਫਰਟ ਪਾਉਣ ਕੰਨੀਓ, ਉਹਨਾਂ ਨੂੰ ਇੱਕ ਚੰਗੀ ਸਿੱਖਿਆ ਦਾ ਮਿਆਰ ਦੇਣ ਦੇ ਵਿੱਚ ਜਿਹੜੇ ਸਮਾਜ ਅੱਗੇ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਨੇ, ਉਹ ਦੇਸ਼ ਹਮੇਸ਼ਾ ਤਰੱਕੀਆਂ ਕਰਦੇ ਨੇ। ਅਤੇ ਉਸੇ ਮਕਸਦ ਦੇ ਨਾਲ ਪੰਜਾਬ ਨੂੰ ਮੁੜ ਦੁਆਰਾ ਖੁਸ਼ਹਾਲ ਅਤੇ ਰੰਗਲਾ ਪੰਜਾਬ ਬਣਾਉਣ ਦੇ ਮਕਸਦ ਦੇ ਨਾਲ ਐਜੂਕੇਸ਼ਨ ਦੇ ਉੱਪਰ ਮੇਨ ਫੋਕਸ ਹੈ ਜਿਹੜਾ ਉਹ ਪੰਜਾਬ ਸਰਕਾਰ ਦਾ ਚੱਲ ਰਿਹਾ ਹੈ। ਅਤੇ ਆਉਣ ਵਾਲੇ 5 ਸਾਲਾਂ ਦੇ ਵਿੱਚ ਤੁਸੀਂ ਪੂਰੇ ਪੰਜਾਬ ਦੇ ਸਕੂਲਾਂ ਦੀ ਨੁਹਾਰ ਹੈ ਜਿਹੜੀ ਉਹ ਬਦਲੀ ਦੇਖੋਗੇ। ਸਰ, ਇੱਕ ਪਾਸੇ ਦਾ ਸਕੂਲ ਆਫ ਫੈਮਿਨੈਂਸ ਦੀ ਗੱਲ ਕਰੀਏ, ਉਹ ਅੱਗੇ ਵੱਧ ਰਹੇ ਨੇ, ਤਾਂ ਦੂਜੇ ਪਾਸੇ ਛੋਟੇ ਛੋਟੇ ਸਕੂਲਾਂ 'ਚ ਜੇਕਰ ਇੱਦਾਂ ਦੇ, ਅਸੀਂ ਕਹਿ ਦਈਏ ਮੁਕਾਬਲੇ ਵੀ ਕਰਵਾਏ ਗਏ ਸੀ ਬੱਚਿਆਂ ਦੇ ਪਿੱਛੇ, ਅਤੇ ਇੱਦਾਂ ਦੇ ਜੇਕਰ ਨੁਹਾਰ ਬਦਲੇਗੀ ਤਾਂ ਲੱਗਦਾ ਆਉਣ ਵਾਲੇ ਟਾਈਮ 'ਚ ਸਿੱਖਿਆ ਦਾ ਮਿਆਰ ਵੀ ਅਤੇ ਮੈਂ ਉਹੀ ਕਹਿ ਰਿਹਾ। ਤੁਸੀਂ ਇਸ ਤੋਂ ਪਹਿਲਾਂ ਜਿਹੜੇ ਸਕੂਲ ਦੇ ਵਿੱਚ ਫੰਕਸ਼ਨ ਸੀਗਾ, 20 ਬੱਚਿਆਂ ਦੇ ਵਿੱਚੋਂ ਫੰਕਸ਼ਨ ਹੋਇਆ ਸੀਗਾ, ਕੰਪੀਟੀਸ਼ਨ ਹੋਇਆ ਸੀ, ਜਿਹਦੇ ਵਿੱਚੋਂ ਇੱਕੋ ਸਕੂਲ ਦੇ 4 ਬੱਚੇ ਨੇ ਜਿਹੜੇ ਉਹ ਇੱਕ ਪਿੰਡ ਦੇ ਸਰਕਾਰੀ ਸਕੂਲ ਦੇ, ਜੇ 20 ਦੇ ਵਿੱਚੋਂ 4 ਬੱਚੇ ਨੇ ਜਿਹੜੇ ਉਹ ਪੋਜੀਸ਼ਨ ਹਾਸਲ ਕਰਨਗੇ। ਅਤੇ ਇਸ ਤੋਂ ਪਤਾ ਲੱਗਦਾ ਕਿ ਕਿਵੇਂ, ਕਿਸ ਤਰੀਕੇ ਦੇ ਨਾਲ ਬੱਚਿਆਂ ਦੇ ਵਿੱਚ, ਚਾਹੇ ਉਹ ਕਿਸੇ ਵੱਡੇ ਘਰ ਦਾ, ਛੋਟੇ ਘਰ ਦਾ, ਪਿੰਡ ਦਾ, ਸ਼ਹਿਰ ਦਾ, ਪਰਮਾਤਮਾ ਨੇ ਹਰ ਬੱਚੇ ਨੂੰ ਕੋਈ ਨਾ ਕੋਈ ਹੁਨਰ ਕਲਾ ਦੇ ਕੇ ਭੇਜੀ ਹੈ, ਅਤੇ ਉਹਨੂੰ ਤਰਾਸ਼ਣ ਦਾ ਕੰਮ ਕਰਨਾ ਅਤੇ ਉਹਨੂੰ ਇੱਕ ਚੰਗਾ ਪਲੇਟਫਾਰਮ ਦੇਣਾ, ਮੌਕਾ ਦੇਣਾ, ਉਹ ਸਰਕਾਰਾਂ ਦਾ, ਸਮਾਜ ਦਾ, ਟੀਚਰਸ ਦਾ, ਪੇਰੈਂਟਸ ਦੀ ਜ਼ਿੰਮੇਵਾਰੀ ਹੁੰਦੀ ਹੈ। ਅਤੇ ਉਹੀ ਜ਼ਿੰਮੇਵਾਰੀ ਹੈ ਜਿਹੜੀ ਆਪਾਂ ਸਾਰੇ ਰਲ ਮਿਲ। ਦੇਖੋ, ਮੈਂ ਸਮਝਦਾ ਕਿਸੇ ਵੀ ਦੇਸ਼ ਦਾ, ਕਿਸੇ ਵੀ ਸਮਾਜ ਦਾ ਭਵਿੱਖ ਹੈ ਜਿਹੜਾ ਉਹ ਸਕੂਲਾਂ ਦੇ ਵਿੱਚੋਂ, ਐਜੂਕੇਸ਼ਨ ਦੇ ਵਿੱਚੋਂ ਅਤੇ ਦੇਸ਼ ਦਾ ਭਵਿੱਖ ਬੱਚਿਆਂ ਦੇ ਵਿੱਚੋਂ ਨਿਕਲ ਕੇ ਆਉਂਦਾ ਹੁੰਦਾ। ਅਤੇ ਉਸੇ ਮਕਸਦ ਦੇ ਨਾਲ ਜਿਸ ਦਿਨ ਦੀ ਸਾਡੀ ਆਮ ਆਦਮੀ ਪਾਰਟੀ ਨੇ ਪਹਿਲਾਂ ਦਿੱਲੀ ਦੇ ਵਿੱਚ ਸਕੂਲਾਂ ਦੀ ਨੁਹਾਰ ਬਦਲੀ ਅਤੇ ਹੁਣ 2 ਸਾਲਾਂ ਦੇ ਵਿੱਚ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਤਹਿਤ ਸਕੂਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ, ਉਸੇ ਲੜੀ ਦੇ ਤਹਿਤ ਸੁਨਾਮ ਹਲਕੇ ਦੇ ਸਾਡੇ ਉੱਭਾਵਾਲ ਪਿੰਡ ਦੇ ਸਕੂਲਾਂ ਦਾ ਅੱਜ 21,60,000 ਰੁਪਏ ਦੇ ਜਿਹੜੇ ਉਦਘਾਟਨ ਔਰ ਨੀਂਹ ਪੱਥਰ ਨੇ ਜਿਹੜੇ ਉਹ ਰੱਖੇ ਨੇ। 2 ਸਕੂਲਾਂ ਦਾ 16,60,000 ਦੀ ਕੀਮਤ ਦੇ ਨਾਲ ਉਦਘਾਟਨ ਕਰਨਾ ਹੈ ਔਰ 5 ਲੱਖ ਰੁਪਏ ਇੱਕ ਸਕੂਲ ਦਾ ਜੋ ਟਾਇਲਿੰਗ ਦਾ ਕੰਮ ਹੈ ਉਹ ਹੋਣਾ ਹੈ। ਸੋ ਮੈਂ ਇਹ ਮੰਨ ਕੇ ਚੱਲਦਾ ਕਿ ਉਹੀ ਸਮਾਜ, ਉਹੀ ਦੇਸ਼ ਤਰੱਕੀਆਂ ਕਰਦੇ ਹੁੰਦੇ ਨੇ ਜਿਹੜੇ ਆਪਣੇ ਬੱਚਿਆਂ ਦੇ ਵਿੱਚ, ਭਵਿੱਖ ਦੇ ਵਿੱਚ ਸਭ ਤੋਂ ਵੱਧ ਇਨਵੈਸਟ ਕਰਦੇ ਨੇ। ਅਤੇ ਭਵਿੱਖ ਕੀ ਹੈ? ਬੱਚੇ ਨੇ। ਭਵਿੱਖ ਨਾ ਸਿਰਫ ਇਕੱਲੇ ਪੈਸਿਆਂ ਦੇ ਮਕਸਦ ਦੇ ਨਾਲ, ਮਿਹਨਤ ਪੱਖੋਂ ਉਹਨਾਂ ਬੱਚਿਆਂ ਦੇ ਵਿੱਚ ਐਫਰਟ ਪਾਉਣ ਕੰਨੀਓ, ਉਹਨਾਂ ਨੂੰ ਇੱਕ ਚੰਗੀ ਸਿੱਖਿਆ ਦਾ ਮਿਆਰ ਦੇਣ ਦੇ ਵਿੱਚ ਜਿਹੜੇ ਸਮਾਜ ਅੱਗੇ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਨੇ, ਉਹ ਦੇਸ਼ ਹਮੇਸ਼ਾ ਤਰੱਕੀਆਂ ਕਰਦੇ ਨੇ। ਅਤੇ ਉਸੇ ਮਕਸਦ ਦੇ ਨਾਲ ਪੰਜਾਬ ਨੂੰ ਮੁੜ ਦੁਆਰਾ ਖੁਸ਼ਹਾਲ ਅਤੇ ਰੰਗਲਾ ਪੰਜਾਬ ਬਣਾਉਣ ਦੇ ਮਕਸਦ ਦੇ ਨਾਲ ਐਜੂਕੇਸ਼ਨ ਦੇ ਉੱਪਰ ਮੇਨ ਫੋਕਸ ਹੈ ਜਿਹੜਾ ਉਹ ਪੰਜਾਬ ਸਰਕਾਰ ਦਾ ਚੱਲ ਰਿਹਾ ਹੈ। ਅਤੇ ਆਉਣ ਵਾਲੇ 5 ਸਾਲਾਂ ਦੇ ਵਿੱਚ ਤੁਸੀਂ ਪੂਰੇ ਪੰਜਾਬ ਦੇ ਸਕੂਲਾਂ ਦੀ ਨੁਹਾਰ ਹੈ ਜਿਹੜੀ ਉਹ ਬਦਲੀ ਦੇਖੋਗੇ। ਸਰ, ਇੱਕ ਪਾਸੇ ਦਾ ਸਕੂਲ ਆਫ ਫੈਮਿਨੈਂਸ ਦੀ ਗੱਲ ਕਰੀਏ, ਉਹ ਅੱਗੇ ਵੱਧ ਰਹੇ ਨੇ, ਤਾਂ ਦੂਜੇ ਪਾਸੇ ਛੋਟੇ ਛੋਟੇ ਸਕੂਲਾਂ 'ਚ ਜੇਕਰ ਇੱਦਾਂ ਦੇ, ਅਸੀਂ ਕਹਿ ਦਈਏ ਮੁਕਾਬਲੇ ਵੀ ਕਰਵਾਏ ਗਏ ਸੀ ਬੱਚਿਆਂ ਦੇ ਪਿੱਛੇ, ਅਤੇ ਇੱਦਾਂ ਦੇ ਜੇਕਰ ਨੁਹਾਰ ਬਦਲੇਗੀ ਤਾਂ ਲੱਗਦਾ ਆਉਣ ਵਾਲੇ ਟਾਈਮ 'ਚ ਸਿੱਖਿਆ ਦਾ ਮਿਆਰ ਵੀ ਅਤੇ ਮੈਂ ਉਹੀ ਕਹਿ ਰਿਹਾ। ਤੁਸੀਂ ਇਸ ਤੋਂ ਪਹਿਲਾਂ ਜਿਹੜੇ ਸਕੂਲ ਦੇ ਵਿੱਚ ਫੰਕਸ਼ਨ ਸੀਗਾ, 20 ਬੱਚਿਆਂ ਦੇ ਵਿੱਚੋਂ
ਫੰਕਸ਼ਨ ਹੋਇਆ ਸੀਗਾ, ਕੰਪੀਟੀਸ਼ਨ ਹੋਇਆ ਸੀ, ਜਿਹਦੇ ਵਿੱਚੋਂ ਇੱਕੋ ਸਕੂਲ ਦੇ 4 ਬੱਚੇ ਨੇ ਜਿਹੜੇ ਉਹ ਇੱਕ ਪਿੰਡ ਦੇ ਸਰਕਾਰੀ ਸਕੂਲ ਦੇ ਜੇ 20 ਦੇ ਵਿੱਚੋਂ 4 ਬੱਚੇ ਨੇ ਜਿਹੜੇ ਉਹ ਪੋਜੀਸ਼ਨ ਹਾਸਲ ਕਰਨਗੇ। ਅਤੇ ਇਸ ਤੋਂ ਪਤਾ ਲੱਗਦਾ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਬੱਚਿਆਂ ਦੇ ਵਿੱਚ, ਚਾਹੇ ਉਹ ਕਿਸੇ ਵੱਡੇ ਘਰ ਦਾ, ਛੋਟੇ ਘਰ ਦਾ, ਪਿੰਡ ਦਾ, ਸ਼ਹਿਰ ਦਾ, ਪਰਮਾਤਮਾ ਨੇ ਹਰ ਬੱਚੇ ਨੂੰ ਕੋਈ ਨਾ ਕੋਈ ਹੁਨਰ ਕਲਾ ਦੇ ਕੇ ਭੇਜੀ ਹੈ, ਅਤੇ ਉਹਨੂੰ ਤਰਾਸ਼ਣ ਦਾ ਕੰਮ ਕਰਨਾ ਅਤੇ ਉਹਨੂੰ ਇੱਕ ਚੰਗਾ ਪਲੇਟਫਾਰਮ ਦੇਣਾ, ਮੌਕਾ ਦੇਣਾ, ਉਹ ਸਰਕਾਰਾਂ ਦਾ, ਸਮਾਜ ਦਾ, ਟੀਚਰਸ ਦਾ, ਪੇਰੈਂਟਸ ਦੀ ਜ਼ਿੰਮੇਵਾਰੀ ਹੁੰਦੀ ਹੈ। ਅਤੇ ਉਹੀ ਜ਼ਿੰਮੇਵਾਰੀ ਜਿਹੜੀ ਆਪਾਂ ਸਾਰੇ ਰਲ ਮਿਲ ਕੇ ਨਿਭਾਉਣ ਲੱਗੇ ਹੋਏ ਹਾਂ।